ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਦੋਸਤੋ ਦੋ ਬਛੇਰੀਆਂ ਅੱਗੇ ਸਾਰੀ ਡਿਟੇਲ ਉਹਨਾਂ ਦੀ ਸਾਂਝੀ ਕਰਨੀ ਹੈ ਆ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਆ ਪੰਜ ਕਲਿਆਣ ਬੱਚੀ ਹੈ ਦੋਸਤੋ ਪੰਜ ਕਲਿਆਣ ਬਛੇਰੀ ਹੈ ਇਹ ਲਗਭਗ 5-6 ਮਹੀਨੇ ਦੀ ਉਮਰ ਹੋਊਗੀ ਤਕਰੀਬਨ ਦੋਸਤੋ ਇਹ ਮਿਆਲਾ ਵਾਲੇ ਸੂਰਜ ਘੋੜੇ ਦੀ ਧੀ ਹੈ ਬਾਈ ਖੁਣਾ ਨੇ ਦੱਸਿਆ ਅਲੀਸ਼ਾਨ ਦੀ ਪੋਤੀ ਐ ਸੂਰਜਾ ਜਿਹੜਾ ਅਲੀਸ਼ਾਨ ਦਾ ਡਾਇਰੈਕਟ ਬੱਚਾ ਤੇ ਇਹ ਸੂਰਜ ਦੀ ਧੀ ਐ ਦੋਸਤੋ ਅਲੀਸ਼ਾਨ ਦੀ ਪੋਤੀ ਪਿੰਡ ਬਾਈ ਹੁਣਾਂ ਦਾ ਧੂੜਕੋਟ ਐ ਬਰਨਾਲੇ ਜ਼ਿਲ੍ਹੇ ਦਾ ਪਿੰਡ ਐ ਦੋਸਤੋ ਬਾਈ ਡਾਕਟਰ ਦਵਿੰਦਰ ਸਿੰਘ ਜੀ ਜਿੰਨਾਂ ਕੋਲੇ ਇਹ ਵਸ਼ੇਰੀ ਖੜੀ ਐ ਮੋਲੇ ਦਾ ਬਾਈ ਹੁਣਾਂ ਨੇ 75000 ਰੁਪਇਆ ਕੀਤਾ ਐ ਬਾਕੀ ਸੱਜਰੋਂ ਮੌਕੇ ਤੇ ਮਾਨਤਾਨ ਜ਼ਰੂਰ ਕਰਨਗੇ ਵਾਲਪੌਰੀਆਂ ਦੀ ਸਾਫ ਐ ਕਲੀਅਰ ਐ ਬੱਚੀ ਤੇ ਚੰਗੇ ਬਾਡੀ ਸਟਰਕਚਰ ਦੀ ਬੱਚੀ ਐ ਦੋਸਤੋ ਕੱਦ-ਕਾਠ ਚੰਗਾ ਕਰਨ ਦੀ ਉਮੀਦ ਕਰ ਸਕਦੇ ਆਂ ਬਾਕੀ ਪੰਜ ਕਲਿਆਣ ਆ ਮੱਥੇ ਪਟਾ ਤੇ ਪੈਰ ਚਿੱਟੇ ਆ ਚਾਰੋਂ ਦੋਸਤੋ ਸੋ ਚੰਗੀ ਬਸ਼ੇਰੀ ਐ ਚੰਗੀ ਘੋੜੀ ਬਣਨ ਵਾਲੀ ਐ ਅੱਗੇ ਚੰਗੀ ਉਮੀਦ ਕਰ ਸਕਦੇ ਆ ਆਪਾਂ ਇਹ 75000 ਰੁਪਏ ਜਿਹੜਾ ਮੁੱਲ ਇਹਦਾ ਬਾਈ ਹੁਣੀ ਕਰਦੇ ਐ ਬਾਕੀ ਮਾਨਤਨ ਹੋ ਜਾਊਗਾ ਦੋਸਤੋ ਕਰੋ ਗੱਲਬਾਤ ਬਾਈ ਹੁਣਾ ਦੇ ਨਾਲ ਤੇ ਲਓ ਹੋ ਡਿਟੇਲ ਇਹਦੀ ਦੂਸਰੇ ਨੰਬਰ ਤੇ ਦੋਸਤੋ ਆ ਇੱਕ ਹੋਰ ਬਸ਼ੇਰੀ ਐ ਵੀ ਇਹਦੀ ਉਮਰ ਵੀ 6 ਮਹੀਨੇ ਬਾਈ ਹੁਣਾ ਨੇ ਦੱਸੀ ਐ ਇਹ ਪਿੰਡ ਕੋਹਲੀਆ ਬਾਈ ਜੀ ਹੁਣਾ ਦਾ ਜਿੱਥੇ ਇਹ ਬਸ਼ੇਰੀ ਖੜੀ ਐ ਦੋਸਤੋ ਮੋਗੇ ਜ਼ਿਲ੍ਹੇ ਦਾ ਪਿੰਡ ਐ ਕੋਹਲੀਆ ਕਲਾਂ ਨੰਬਰ ਵਾਈ ਹੁਣਾਂ ਦਾ ਸਕਰੀਨ ਤੇ ਚੱਲਦਾ ਦੋਸਤੋ ਇਹਦਾ ਇਹ ਜਿਹੜੀ ਬੱਚੀ ਆ ਦੋਸਤੋ ਬਾਈ ਹੁਣਾਂ ਨੇ ਕਾਲੇ ਕੰਟੇ ਦੀ ਪੋਤੀ ਦੱਸਿਆ ਕਾਲੇ ਕੰਟੇ ਘੋੜੇ ਦੀ ਪੋਤੀ ਆ ਇਹ ਬੱਚੀ ਸੋਹਣੇ ਕੰਨਾਂ ਦੀ ਐ ਸ਼ਕੀਨ ਮੂੰਹ ਮੱਥੇ ਦੀ ਐ ਦੋਸਤੋ ਕਦ ਕਾਠੀ ਵੀ ਚੰਗਾ ਕਰੂਗੀ ਲਤਲੁਤ ਲੰਬੀ ਲੱਗੀ ਲੱਗਦੀ ਐ ਤੇ ਚੰਗਾ ਕਦ ਕਰਨ ਦੀ ਆਪਾਂ ਉਮੀਦੇ ਤੋਂ ਕਰ ਸਕਦੇ ਆ ਸੋਹਣੀ ਬੰਦੀਤਾਂ ਦੀ ਬਿਸ਼ੇਰੀ ਐ ਦੋਸਤੋ ਚੰਗੀ ਐ ਇਹਦਾ ਮੁੱਲ ਐ ਜਿਹੜਾ ਬਾਈ ਹੁਣੀ 1.5 ਲੱਖ ਰੁਪਈਆ ਕਰਦੇ ਆ ਮੰਨ ਲਓ ਬਾਕੀ ਮੌਕੇ ਤੇ ਮਾਨਤਾ ਨਾਲ ਕਰਨਗੇ ਤੁਹਾਡਾ ਗਿਆ ਦਾ ਸੋ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਹੈ ਪਿੰਡ ਕੋਹਲੀਆ ਕਲਾਂ ਮੋਗੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਸੋ ਜਿੰਨੀ ਕੁ ਜਾਣਕਾਰੀ ਮਾਲਕ ਵੀਰਾਂ ਵੱਲੋਂ ਮੈਨੂੰ ਦੱਸੀ ਜਾਂਦੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ ਮੈਂ ਬਾਕੀ ਉਹਦੀ ਜਾਂਚ ਪੜਤਾਲ ਤੁਸੀਂ ਆਪ ਦੇ ਹਿਸਾਬ ਦੇ ਨਾਲ ਕਰ ਲਿਆ ਕਰੋ ਉਹਨੂੰ ਵੈਰੀਫਾਈ ਕਰ ਲਿਆ ਕਰੋ ਦੋਸਤੋ ਸੋ ਜਿਹੜਾ ਜਾਨਵਰ ਚੰਗਾ ਲੱਗਦਾ ਕਰੋ ਗੱਲਬਾਤ ਬਾਈ ਹੁਣਾਂ ਦੇ ਨਾਲ ਤੇ ਲਾਓ ਡਿਟੇਲ ਜੇ ਕਿਸੇ ਸੱਜਣ ਨੇ ਆਪਣੇ ਜਾਨਵਰ ਦੀ ਐਡ ਇਸ ਚੈਨਲ ਤੇ ਲਵਾਉਣੀ ਆ ਆਪਣੇ ਤੇ ਜਾਂ ਫਾਰਮ ਤੇ ਇੰਟਰਵਿਊ ਵੀਡੀਓ ਕਰਨੀ ਹੈ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਦੋਸਤੋ ਧੰਨਵਾਦ ਜੀ